ਕੋਵਿਡ ਮਹਾਮਾਰੀ ਤੋਂ ਬਾਅਦ ਦੁਬਈ 'ਚ ਸੈਰ ਸਪਾਟਾ ਖੇਤਰ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਸਾਲ ਦੇ ਪਹਿਲੇ 4 ਮਹੀਨਿਆਂ 'ਚ ਸੈਲਾਨੀਆਂ ਦੀ ਆਮਦ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਦੁਬਈ ਸਰਕਾਰ ਦੇ ਅਨੁਸਾਰ ਜਨਵਰੀ ਤੋਂ ਅਪ੍ਰੈਲ 2022 ਦੌਰਾਨ ਦੁਬਈ 'ਚ ਸੈਲਾਨੀਆਂ ਦੀ ਗਿਣਤੀ 51 ਲੱਖ ਤੱਕ ਪਹੁੰਚ ਗਈ। ਇਹਨਾਂ ਸੈਲਾਨੀਆਂ ਦੀ ਗਿਣਤੀ 'ਚ 203% ਦਾ ਵਾਧਾ ਦਰਜ ਹੋਇਆ ਹੈ। ਸੈਲਾਨੀਆਂ ਦੀ ਵਾਧੀ ਗਿਣਤੀ ਨੇ ਅਮੀਰਾਤ ਹੋਟਲ 'ਚ ਬੁਕਿੰਗ 'ਚ ਸੁਧਾਰ ਕਰਨ 'ਚ ਸਹਾਇਤਾ ਕੀਤੀ ਹੈ, ਜੋ ਕਿ ਇਸ ਦੌਰਾਨ 76% ਤੱਕ ਪਹੁੰਚ ਗਈ ਹੈ। ਦੁਬਈ 'ਚ ਜਨਵਰੀ ਤੇ ਮਾਰਚ 2022 'ਚ ਰਾਤ ਦੇ ਸੈਲਾਨੀਆਂ ਦੇ ਤੌਰ ਤੇ ਲਗਭਗ 40 ਲੱਖ ਅੰਤਰਰਾਸ਼ਟਰੀ ਸੈਲਾਨੀ ਆਏ, ਜੋ ਕਿ ਸਾਲ ਦਰ ਸਾਲ ਦੇ ਮੁਕਾਬਲੇ 214% ਵਾਧਾ ਹੈ। ਦੁਬਈ ਨੇ 2022 ਦੀ ਪਹਿਲੀ ਤਿਮਾਹੀ 'ਚ 82% ਦੇ ਨਾਲ ਹੋਟਲ ਆਕੂਪੈਂਸੀ 'ਚ ਵਿਸ਼ਵ ਪੱਧਰ ਤੇ ਸਥਾਨ ਹਾਸਲ ਕੀਤਾ ਹੈ।